दमदमी टकसाल एस जी पी सी या खेतरी पार्टियां आपके नाल रला के उन्हां ते कब्जा करो, गुरद्वारियां ते कब्जा करो, उहदे नाल भी कुछ नहीं बनिया। शंभू बार्डर ते जिहड़े खड़े सी दिल्ली हैरान हो गई भी इह तां असीं नशियां च मारते सी, इह कित्थों आ गए। साडी धरती ते गल आ गई, इहो जिहे बिल, इहो जिहे काले कानून, इहो जिहे ऑर्डीनेंसिस लै के आओ भी इहनां दी धरती खोलो। सद्दा 4 तरीक सवेरे 10 बजे शंभू बॉर्डर का, जिन्हें आर पार की लड़नी आ वह आ जाए उत्थे, जिदी जमीर जागती है वह आ जाए उत्थे, जिहड़ी साड़ी कोई धेरा या जिहड़ा साडा बंदा यह गल समझदा भी लड़ाई कल्ली MSP की नहीं है वह आ जाए उत्थे। क्यों? क्योंकि किवें इत्थों तक पहुँचे, साड़ियां जमीनां तक, साड़ी धरती ताईं, साड़ी होंद तक किवें पहुँचे, पंजाब दी होंद दी लड़ाई क्यों आ, पंजाबियां दी होंद दी लड़ाई क्यों आ, क्योंकि दिल्ली ने साडे नाल हमेशा ही सिंग फसाए आ, इन्हां ने पंजाब नूं हमेशा आपदे हाथ च आपदे गलबे च इहदे ते गलबा पाउणा चाहिया। पहलां शुरुआत इत्थों होई, पंजाब नूं आर्थिक पक्खों मारो, अच्छा उहदे नाल भी कुछ नहीं बणिया। पंजाब नूं सिख ते हिंदू कर दो इत्थे, उहदे नाल भी कुछ नहीं बणिया। उदू बाद साडी मां बोली, साडे इतिहास नूं बदलो, अच्छा उहदे नाल भी नहीं कुछ बणिया। फिर साडियां संस्थावां, दमदमी टकसाल SGPC या खेतरी पार्टियां नूं आपदे नाल रला के उहनां ते कब्जा करो, अच्छा उहदे नाल भी कुछ नहीं बणिया। गुरद्वारियां ते कब्जा करो, उहदे नाल भी कुछ नहीं बणिया। फिर इन्हां ने सिर जोड़ के बैठे, अगली गल सोची दिल्ली ने भी हुण की कीता जावे। इन्हां ने कहा इन्हां दे फलसफे ते ग्रंथां ते हमला करो, साडे च रोह जाग्या, असीं आपदी होंद ते आउण लग गए, आपदी होंद दी गल करन लग गए। अगली मार कित्थे मारी भी इह धरती नाल जुड़े होए आ, इह तां ਜ਼ੀਰੋ ਤੋਂ ਹੀਰੋ ਬਣ ਜਾਂਦੇ ਆ ਰਾਤੇ ਰਾਤ ਹੀ। ਇਹਨਾਂ ਨੂੰ ਨਸ਼ਿਆਂ ਨਾਲ ਵੀ ਮਾਰ ਕੇ, ਸ਼ੰਭੂ ਬਾਰਡਰ 'ਤੇ ਜਿਹੜੇ ਖੜ੍ਹੇ ਸੀ ਦਿੱਲੀ ਹੈਰਾਨ ਹੋ ਗਈ ਵੀ ਇਹ ਤਾਂ ਅਸੀਂ ਨਸ਼ਿਆਂ 'ਚ ਮਾਰਤੇ ਸੀ, ਇਹ ਕਿੱਥੋਂ ਆ ਗਏ। ਸੋ ਸਾਡੀ ਧਰਤੀ 'ਤੇ ਗੱਲ ਆ ਗਈ, ਇਹੋ ਜਿਹੇ ਬਿੱਲ, ਇਹੋ ਜਿਹੇ ਕਾਲੇ ਕਾਨੂੰਨ, ਇਹੋ ਜਿਹੇ ਆਰਡੀਨੈਂਸਿਸ ਲੈ ਕੇ ਆਓ ਵੀ ਇਹਨਾਂ ਦੀ ਧਰਤੀ ਖੋਲੋ। ਸਾਡੇ ਗਲੇ ਨੂੰ ਹੱਥ ਪਾ ਲਿਆ, ਸਾਡੀ ਸੈਲਫ ਪ੍ਰਾਈਡ 'ਤੇ ਗੱਲ ਆ ਗਈ। ਜਦੋਂ ਸਾਡੀ ਸੈਲਫ ਪ੍ਰਾਈਡ 'ਤੇ ਗੱਲ ਆ ਜਾਂਦੀ ਆ, ਜਦੋਂ ਗਲਮਿਆਂ ਨੂੰ ਹੱਥ ਪੈਂਦੇ ਆ ਤਾਂ ਰੋਹ ਪੈਦਾ ਹੁੰਦਾ, ਉਭਾਰ ਆਉਂਦਾ, ਅੰਦੋਲਨ ਪੈਦਾ ਹੁੰਦੇ ਆ। ਅਸੀਂ ਦਿੱਲੀ ਨੂੰ ਵੰਗਾਰਨ ਲੱਗ ਗਏ। ਹੁਣ ਗੱਲ MSP ਦੇ ਨਹੀਂ ਰਹੇਗੀ, ਗੱਲ ਕੱਲੀ MSP ਦੀ ਹੈ ਹੀ ਨਹੀਂ। MSP ਮਿਲਣ ਨਾਲ ਕਿਸਾਨਾਂ ਦੀਆਂ ਖੁਦਕੁਸ਼ੀਆਂ ਰੁਕ ਜਾਣਗੀਆਂ, MSP ਮਿਲਣ ਨਾਲ ਕਿਸਾਨਾਂ ਦੇ ਕਰਜ਼ੇ ਮਾਫ ਹੋ ਜਾਣਗੇ, ਕਿਸਾਨਾਂ ਦੀਆਂ ਲਿਮਟਾਂ ਦਿੱਤੀਆਂ ਜਾਣਗੀਆਂ, ਕਿਸਾਨਾਂ ਦੀ ਦੁਰਦਸ਼ਾ, ਮਜ਼ਦੂਰਾਂ ਦੀ ਦੁਰਦਸ਼ਾ, ਉਹਨਾਂ ਦਾ ਸ਼ੋਸ਼ਣ ਅਤੇ ਉਹਨਾਂ ਦੇ ਨਾਲ ਲੁੱਟ ਕਸੁੱਟ ਰੁਕ ਜੂਗੀ, ਵੱਧ ਜੂਗੀ। ਆਹ ਤੁਹਾਡੇ ਕੋਲ ਅੱਜ ਦੀ ਇਗਜ਼ੈਂਪਲ ਆ, ਆਹ ਹਰਿਆਣੇ ਵਾਲਿਆਂ ਨੇ ਭਾਜਪਾ ਦੀ ਸਰਕਾਰ ਆ, ਪੰਜਾਬ ਦੀ ਫਸਲ ਉੱਥੇ ਵੇਚਣੋ, ਹਰਿਆਣਾ ਸਰਕਾਰ ਨੇ ਰਾਈਸ ਮਿੱਲਾਂ ਨੂੰ ਉਹਨਾਂ ਨੂੰ ਮਨਾਹੀ ਕਰਤੀ, ਉਹਨਾਂ 'ਤੇ ਪਾਬੰਦੀ ਲਾਤੀ। ਕਿਹੜਾ ਇੱਕ ਦੇਸ਼ ਇੱਕ ਮੰਡੀ ਦੀ ਗੱਲ ਕਰਦੇ ਆ, ਇਹ MSP ਦੀ ਗੱਲ ਕਰਦੇ ਆ, ਇਹ ਤਾਂ ਕੂਣੀ 'ਤੇ ਗੁੜ ਲਾਉਣਗੇ, ਕੂਣੀ 'ਤੇ ਗੁੜ ਲਾ ਕੇ ਨਾ ਅਸੀਂ ਚੱਟ ਸਕੀਏ ਅਤੇ ਨਾ ਛੱਡ ਸਕੀਏ। ਸੋ ਜਿਹੜਾ ਬੰਦਾ ਜਾਗਰੂਕ ਆ, ਜਿਹਦੀ ਜ਼ਮੀਰ ਜਾਗਦੀ ਆ, 4 ਤਰੀਕ ਨੂੰ ਆ ਜਾਓ ਬਈ ਸ਼ੰਭੂ ਬਾਰਡਰ ਸਵੇਰੇ 10 ਵਜੇ, ਆਪਾਂ ਪੱਕਾ ਮੋਰਚਾ ਕੱਢਣਾ। ਅਤੇ ਮੋਰਚੇ ਦਾ ਨਾਂ ਕੀ ਹੋਊਗਾ, ਉਹਦਾ ਸਰਨਾਵਾ ਕੀ ਹੋਊਗਾ, ਇਹ ਸੁਜੈਸਟ ਕਰੋ। ਅਗਲੀ ਗੱਲ ਮੈਂ ਜਿਹੜੀ ਕਰਨੀ ਚਾਹੁੰਦਾ ਇੱਥੇ, ਦੇਖੋ ਇਹ ਫਰਸ਼ੀਵਾਦ ਆ, ਬੜਾ ਤਕੜਾ ਫਰਸ਼ੀਵਾਦ ਆ। UP 'ਚ ਆ ਯੋਗੀ ਦੀ ਸਰਕਾਰ ਆ, ਇੱਕ ਬੱਚੀ ਨਾਲ ਕੀ ਹੋਇਆ ਉੱਥੇ, ਇੱਕ ਬੱਚੀ ਦਾ ਬਲਾਤਕਾਰ ਕਰਕੇ ਉਹਨੂੰ ਮਾਰ ਕੇ ਰੀੜ੍ਹ ਦੀ ਹੱਡੀ ਤੋੜ ਕੇ ਉਹਦੀ ਜੀਭ ਕੱਟ ਅਤੇ ਸਿੱਟ ਦਿੱਤਾ ਜਾਂਦਾ। ਪੁਲਿਸ ਉਹਦੇ ਘਰਦਿਆਂ ਨੂੰ ਘਰੇ ਤਾੜ ਕੇ ਰੱਖਦੀ ਆ ਅਤੇ ਸੰਸਕਾਰ ਕਰ ਦਿੰਦੀ ਆ ਉਹਨਾਂ ਕ੍ਰਿਮੀਨਲਸ ਨੂੰ ਬਚਾਉਣ ਵਾਸਤੇ। ਹੁਣ ਇਹ ਤਾਂ ਰਾਮ ਰਾਜ ਦੀ ਗੱਲ ਕਰਦੇ ਸੀ, ਹੇ ਯੋਗੀ, ਹੇ ਸੰਨਿਆਸੀ, ਇਹ ਰਾਮ ਰਾਜ ਆ, ਇਹ ਰਾਮ ਰਾਜ ਆ, ਇਹਦਾ ਜਵਾਬ ਦਿਓ। ਅਗਲੀ ਗੱਲ
ਬਾਬਰੀ ਮਸਜਿਦ ਦਾ ਫੈਸਲਾ ਆਇਆ ਸੁਪਰੀਮ ਕੋਰਟ ਤੋਂ। ਪਹਿਲਾਂ ਤਾਂ ਜਿਹੜੇ ਜੱਜ ਨੇ ਫੈਸਲਾ ਦਿੱਤਾ, ਗੱਲ ਆਪਾਂ ਕਰ ਰਹੇ ਸੀ ਬਾਬਰੀ ਮਸਜਿਦ ਦੇ ਫੈਸਲੇ ਦੀ, ਫੈਸਲਾ ਐਡਾ ਹੈਰਾਨੀਜਨਕ ਆ ਵੀ ਬਾਬਰੀ ਮਸਜਿਦ ਢਾਈ ਕੀ ਨੇ ਇਹ ਨਹੀਂ ਪਤਾ। ਢਾਈ ਹੀ ਜ਼ਰੂਰ ਆ ਪਰ ਢਾਈ ਕੀ ਨੇ ਇਹ ਨਹੀਂ ਪਤਾ, ਕਿਹਨੇ ਢਾਤੀ, ਹਵਾ ਨੇ ਢਾਤੀ, ਕੋਈ ਹਨੇਰੀ ਆ ਗਈ ਹੋਣੀ ਆ। ਸੋ ਇਹਨਾਂ ਗੱਲਾਂ ਨੂੰ ਦੇਖ ਕੇ ਅਸੀਂ ਮੋਦੀ ਜੀ ਨੂੰ ਵੀ ਸਵਾਲ ਕਰਦੇ ਹਾਂ ਵੀ ਹੇ ਗਿਆਨੇਸ਼ਵਰ, ਹੇ ਮੋਦੀ, ਇਹ ਰਾਮਰਾਜ ਆ, ਇਹ ਨਿਆਂਪਾਲਿਕਾ, ਇਹ ਸਭ ਕੁਛ ਦੇ ਰਹੇ ਹੋ ਸਾਨੂੰ, ਅਸੀਂ ਲੜਾਂਗੇ, ਅਸੀਂ ਅੜਾਂਗੇ, ਅਸੀਂ ਖੜਾਂਗੇ, ਆਪਦੀ ਆਵਾਜ਼ ਦਿੱਲੀ ਤਾਂ ਹੀ ਲੈ ਕੇ ਜਾਵਾਂਗੇ। ਗੱਲ ਐਂ ਆ ਵੀ ਜੇ ਹੁਣ ਇੱਥੇ ਰੁਕ ਗਏ ਮਿੱਤਰੋ, ਜੇ ਸਿਰਫ MSPਆਂ ਲੈਣ ਤੱਕ ਰਹਿ ਗਏ, ਫਿਰ ਹੋਰ ਕਾਲੇ ਕਾਨੂੰਨ ਆਉਣਗੇ, ਸਾਡੀ ਧਰਤੀ, ਸਾਡੀਆਂ ਜ਼ਮੀਨਾਂ, ਸਾਡਾ ਸਭ ਕੁਛ ਲੈ ਜਾਣਗੇ। ਸੋ ਆਰ ਪਾਰ ਦੀ ਲੜਾਈ ਆ, 4 ਤਰੀਕ ਸ਼ੰਭੂ ਬਾਰਡਰ, ਆ ਜਾਓ ਬਾਈ, ਆ ਜਾਓ ਇੱਧਰ ਆ ਜਾਓ। ਸੋ 10 ਵਜੇ ਸਵੇਰੇ ਸੱਦਾ ਦਿੰਦੇ ਹਾਂ, ਪੱਕਾ ਮੋਰਚਾ ਗੱਡਾਂਗੇ। ਮੋਰਚੇ ਦਾ ਨਾਂ ਕੀ ਆ ਤੁਸੀਂ ਸੁਜੈਸਟ ਕਰੋ, ਨੰਬਰ ਤੁਸੀਂ ਭੇਜੋ, ਜਿਹੜੇ ਜਿਹੜੇ ਆਪਦੀਆਂ ਜ਼ਮੀਰਾਂ। ਆ ਜਾ ਬਾਈ, ਕੀ ਨਾਂ ਤੁਹਾਡਾ? ਗੁਰਦੀਪ। ਆ ਜਾ, ਹੁਣ ਆਏ ਹਾਂ, ਤੁਸੀਂ ਦੱਸੋ ਵੀ ਪੱਕਾ ਮੋਰਚਾ ਕੱਢਣਾ ਚਾਹੀਦਾ ਕਿ ਨਹੀਂ? ਜਿੱਦਾਂ ਆਪਾਂ 25 ਤਰੀਕ ਨੂੰ ਕੱਢਿਆ ਸੀਗਾ ਉਵੇਂ ਹੀ ਕੱਢਾਂਗੇ, ਪੱਕਾ ਦੁੱਗਣਾ ਕੱਢਾਂਗੇ। ਹਾਂ, ਦੁੱਗਣਾ ਬਾਈ ਜੀ, ਸਾਡੀ ਧਰਤੀ, ਸਾਡੇ ਖੇਤ, ਸਾਡੇ ਮਜ਼ਦੂਰ, ਸਾਡੀਆਂ ਫਸਲਾਂ, ਇਹ ਕਿਵੇਂ ਲੈ ਜਾਣਗੇ ਅੱਜ ਹਰਿਆਣਾ ਹੁੰਦਾ ਅੱਜ? ਬਾਈ ਜੀ ਤੁਸੀਂ ਵੀ ਆਓ ਯਾਰ, ਬਾਈ ਆ ਜਾਓ, ਤੁਸੀਂ ਵੀ ਆਓ, ਆ ਜਾਓ। ਲੈ ਨੌਜਵਾਨੋ, ਜਿਹੜੀ ਨੌਜਵਾਨੀ ਕਹਿੰਦੇ ਸੀ ਅਸੀਂ ਲਾਤੀ ਨਸ਼ਿਆਂ 'ਤੇ, ਉਹ ਦਿੱਲੀ 4 ਤਰੀਕ ਨੂੰ ਹੈਰਾਨ ਹੋ ਗਈ ਵੀ ਇਹ ਆ ਕਿੱਥੋਂ ਗਏ। ਸੋ 4 ਤਰੀਕ ਨੂੰ ਬਾਈ ਪੱਕਾ ਮੋਰਚਾ, ਠੀਕ ਆ, ਸੱਦਾ ਦੇ ਦਿਓ। ਮੋਰਚੇ ਦਾ ਨਾਂ ਕੀ ਆ ਸੁਜੈਸਟ ਕਰ ਦਿਓ, ਆਪਦੇ ਨੰਬਰ ਭੇਜ ਦਿਓ। ਜਿਹੜਾ ਧੱਕਾ ਇਹ ਸਰਕਾਰਾਂ ਕਰ ਰਹੀਆਂ, ਜੋ ਕੁਛ UP 'ਚ ਹੋਇਆ ਉਹ ਸਾਡੀ ਧੀ ਸੀ, ਠੀਕ ਆ। ਜਿਹੜਾ ਕੁਛ ਕੱਲ ਬਾਬਰੀ ਮਸਜਿਦ ਦਾ ਫੈਸਲਾ ਆਇਆ, ਫੈਸਲਾ ਇਹ ਆ ਵੀ ਬਾਬਰੀ ਮਸਜਿਦ ਢਹੀ ਜ਼ਰੂਰ ਆ ਪਰ ਢਾਈ ਨਹੀਂ ਗਈ। ਯਾਰ ਐਡੂ ਵੱਡਾ ਧੱਕਾ, ਇਹ ਕਿਹੜੀ ਨਿਆਂਪਾਲਿਕਾ ਦੀ ਗੱਲ ਕਰਦੇ ਹਾਂ ਅਸੀਂ? ਸੋ ਲੋਕ ਜੁੜ ਗਏ ਆ, ਲੋਕਾਂ ਦੇ ਅੰਦਰ ਜਿਹੜਾ ਮਨਾਂ ਦਾ ਗੁੱਸਾ ਸੀ, ਚਾਹੇ ਉਹ ਕਿਸੇ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਨੂੰ ਲੈ ਕੇ ਹੋਵੇ, ਬੇਅਦਬੀ ਨੂੰ ਲੈ ਕੇ ਹੋਵੇ, ਚਾਹੇ ਸਾਡੇ ਜਿਹੜਾ ਯੂਥ ਇਹਨਾਂ ਨੇ ਨਸ਼ਿਆਂ 'ਤੇ ਲਾਤਾ, ਇਹਨਾਂ ਨੇ ਹੋਰ ਹੀ ਪਾਸੇ ਧੱਕਣ ਲਾਤਾ, ਚਾਹੇ ਬੇਰੁਜ਼ਗਾਰੀ ਨੂੰ ਲੈ ਕੇ ਹੋਵੇ, ਸਾਡੇ ਪਿੰਡਾਂ ਦੇ ਮਸਲੇ ਹੋਣ, ਮਜ਼ਦੂਰਾਂ ਦੇ ਮਸਲੇ ਹੋਣ, ਹਰ ਵਾਰ ਇਹਨਾਂ ਨੇ ਤੀਰ ਮਾਰਿਆ। ਹਾਂਜੀ, ਸਰਕਾਰਾਂ ਨੇ, ਹਾਂਜੀ, ਜਿੱਥੇ ਵੀ ਲੱਗਿਆ ਇਹਨਾਂ ਨੇ ਤੀਰ ਮਾਰਿਆ, ਜਿੱਥੇ ਵੀ ਭਾਵੇਂ ਨੌਜਵਾਨ 'ਤੇ ਲੱਗਿਆ, ਯੂਥ 'ਤੇ ਲੱਗਿਆ, ਭਾਵੇਂ ਸਾਡੇ ਧਾਰਮਿਕ ਸਥਾਨਾਂ 'ਤੇ ਲੱਗਿਆ, ਜਿੱਥੇ ਵੀ ਹੋ ਗਿਆ ਇਹਨਾਂ ਨੇ ਤੀਰ ਮਾਰਿਆ। ਪਰ ਸਾਡੇ ਜਬੇ ਬਾਣ ਲੱਗ ਗਏ, ਉਹ ਤਵੇ ਰੋਸ ਜਾਗੇ ਵਾਲੇ ਬੰਦੇ ਆ, ਸਾਨੂੰ ਕਿੱਥੋਂ ਚੱਕ ਕੇ ਲੈ ਜਾਣਗੇ ਇਹ? ਸੋ ਖੁੱਲ੍ਹਾ ਸੱਦਾ ਹਰ ਵਰਗ ਨੂੰ, ਹਰ ਔਰਗਨਾਈਜੇਸ਼ਨ ਨੂੰ, ਹਰਿਆਣੇ ਵਾਲਿਆਂ ਨੂੰ ਵੀ, ਸਾਡੇ ਭਰਾਵਾਂ ਨੂੰ ਵੀ, ਆਓ ਦਿੱਲੀ ਨੂੰ ਸਿੱਧਾ ਮੱਥਾ ਲਾਈਏ ਸ਼ੰਭੂ ਬਾਰਡਰ ਤੋਂ, 4 ਤਰੀਕ ਨੂੰ ਸਵੇਰੇ 10 ਵਜੇ ਪੱਕਾ ਮੋਰਚਾ ਕੱਢਾਂਗੇ। ਸੋ ਮੇਰੇ ਵੱਲੋਂ ਹਰ ਬੰਦੇ ਨੂੰ, ਹਰ ਵਰਗ ਨੂੰ, ਹਰ ਉਸ ਭਰਾ ਨੂੰ ਜਿਹਦੀ ਜ਼ਮੀਰ ਜਾਗਦੀ ਆ, ਸਾਡੀਆਂ ਭੈਣਾਂ ਨੂੰ, ਖੁੱਲ੍ਹਾ ਸੱਦਾ ਜੀ, 4 ਤਰੀਕ ਨੂੰ ਪੱਕਾ ਮੋਰਚਾ ਕੱਢਾਂਗੇ ਸ਼ੰਭੂ ਬਾਰਡਰ ਸਵੇਰੇ 10 ਵਜੇ। ਮੇਰੇ ਵੱਲੋਂ ਬਹੁਤ ਸਾਰਾ ਪਿਆਰ ਅਤੇ ਸਤਿਕਾਰ, ਜਿਵੇਂ ਬਾਈ ਨੇ ਕਿਹਾ ਇਹਨਾਂ ਨੇ ਬਥੇਰੇ ਤੀਰ ਮਾਰੇ, ਬਹੁਤ ਸੀਨਾ ਸਾਡਾ ਛੱਲੀ ਕੀਤਾ, ਪਰ ਜਵੇ ਬਾਣ ਲੱਗ ਗਏ ਤਵੇ ਰੋਸ ਜਾਗੇ, ਸਾਡੇ 'ਚੋਂ ਤੁਸੀਂ ਚਿਣਗ ਕਿੱਥੋਂ ਲੈ ਜਾਓਗੇ, ਕਿੱਥੋਂ ਕੱਢ ਲਓਗੇ? ਸਾਡੇ ਨਾਲ ਪੰਜਾਬ ਦਾ ਹਰ ਵਰਗ, ਹਰ ਵਿਅਕਤੀ, ਹਰ ਬੰਦਾ, ਸਾਡੀਆਂ ਭੈਣਾਂ, ਹਰ ਇੰਟਲੈਕਚੁਅਲ, ਐਜੂਕੇਸ਼ਨਿਸਟ, ਟੀਚਰ, ਪ੍ਰੋਫੈਸਰਸ, ਸਾਡੇ ਨਾਲ ਡਾਕਟਰਸ, ਮੈਡੀਕਲ ਸਾਇੰਸ ਦੇ ਨਾਲ ਰਿਲੇਟਡ ਆ ਜਿਹੜਾ ਹਰ ਬੰਦਾ ਖੜਾ, ਕਿਸਾਨ ਯੂਨੀਅਨ ਆ ਸਾਡੇ ਨਾਲ ਖੜੀਆਂ। ਸੋ 4 ਤਰੀਕ ਨੂੰ 10 ਵਜੇ ਮੋਰਚੇ ਦਾ ਨਾਂ ਕੀ ਹੋਊਗਾ ਇਹ ਤੁਸੀਂ ਦੱਸਣਾ, ਅਤੇ ਆਪਦਾ ਨੰਬਰ ਭੇਜੋ। ਜਿਹੜੇ ਜਿਹੜੇ ਬਾਈ ਸਾਡੇ ਨਾਲ ਆ ਕੇ ਉੱਥੇ ਸਾਡੇ ਨਾਲ ਖੜਨਗੇ, ਦਿੱਲੀ ਨੂੰ ਵੰਗਾਰਨਗੇ, ਪੱਕਾ ਮੋਰਚਾ ਜਦੋਂ ਤੱਕ ਅਸੀਂ ਕਿਸੇ ਗੱਲ 'ਤੇ ਨਹੀਂ ਆਉਂਦੇ। ਗੱਲ ਇਕੱਲੀ MSP ਦੀ ਨਹੀਂ ਆ, ਗੱਲ ਇਕੱਲੀ MSP ਤਾਂ ਗਾਜਰਾਂ ਦੇ ਦਿੰਦੇ ਆ ਸਾਨੂੰ, ਮੁੜ ਕੇ ਫਿਰ ਕੋਈ ਕਾਲਾ ਕਾਨੂੰਨ ਲੈ ਆਉਂਦੇ ਆ। ਗੱਲ ਇਕੱਲੀ ਇੱਥੇ MSP ਦੀ ਨਹੀਂ ਰਹਿ ਗਈ, ਆਹ ਬਾਈ ਖੇਤਾਂ 'ਚ ਕੰਮ ਕਰਦੇ ਆ, ਕਿਸਾਨ ਭਰਾ ਸਾਡੇ ਬੈਠੇ ਆ, ਇਹਨਾਂ ਤੋਂ ਪੁੱਛ ਲਓ, ਕੋਈ ਸਰਕਾਰ ਫਸਲ ਨਹੀਂ ਖਰੀਦ ਰਹੀ, ਕੋਈ ਸਰਕਾਰ ਕਿਸੇ ਮੰਡੀ 'ਚ ਝੋਨਾ ਕਿਸਾਨ ਸੜਕਾਂ 'ਤੇ ਲੈ ਕੇ
कदे एक मंडी ते कदे दूजे मंडी ते फिरते आ, कोई फसल नहीं खरीदी जा रही। इधर पिछे आ जाओ तुसीं। सो असी नहीं हुण हटते, असी लड़ांगे, असी अड़ांगे, असी खड़ांगे, ते ना असी आकदे आ ना थकदे आ। एक गल भी इन्हां नूं कह दो, तुसीं कह दो मेरे वाली गल, जिथे तक लग्या जोर लावांगे, जिथे तक जाना पिया जावांगे, भावें जो मर्जी करना पावे, दिन रात, भावें साल लड़ाई पर लड़नी पावे, भावें दो साल लड़ाई लड़नी पावे। क्या बात है, ਇਹ ਆ ਜਜ਼ਬਾ, ਆਪਾਂ ਲੜਾਂਗੇ ਜ਼ਰੂਰ। ਇਸ ਤੱਕ ਜਾਇਆ ਗਿਆ, ਅੱਜ ਤੱਕ ਜਿੰਨੀਆਂ ਵੀ ਜੰਗਾਂ ਲੜੀਆਂ ਸਾਡੇ ਗੁਰੂਆਂ ਨੇ ਲੜੀਆਂ, ਸਾਰੀਆਂ ਫਤਿਹ ਹੋਈਆਂ, ਜਿੰਨੇ ਵੀ ਮੋਰਚੇ ਅਸੀਂ ਫਤਿਹ ਕੀਤੇ ਸਾਰੇ, ਇਹ ਮੋਰਚਾ ਵੀ ਅਸੀਂ ਫਤਿਹ ਕਰਾਂਗੇ। ਕੀ ਬਾਤ ਆ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਇੱਕ ਹੋਰ ਅਪੀਲ ਆ ਵੀ ਸਾਡੇ ਹਿੰਦੂ ਭਰਾਵਾਂ ਨੂੰ, ਸਾਡੇ ਦਲਿਤ ਭਰਾਵਾਂ ਨੂੰ, ਸਾਡੇ ਹਰ ਵਰਗ ਨੂੰ, ਉਹ ਸਾਡੇ ਹੀ ਆ, ਅਸੀਂ ਇਹ ਦਰਜਾ ਬਦਰਜੀ ਵੀ ਖਤਮ ਕਰਨੀ ਆ, ਉਹ ਚਲੋ ਬਾਅਦ ਦੀ ਗੱਲ ਆ, ਪਹਿਲਾਂ ਕਿਸਾਨੀ ਦਾ ਤੇ ਮਜ਼ਦੂਰਾਂ ਦੀ ਜਿਹੜੀ ਗੱਲ ਆ ਉਹਦਾ ਹੱਕ ਲੈ ਕੇ ਰਹਾਂਗੇ। ਪੱਕਾ ਮੋਰਚਾ 4 ਤਰੀਕ ਨੂੰ ਸ਼ੰਭੂ ਬਾਰਡਰ ਤੇ। ਠੀਕ ਆ ਜੀ, ਸਤਿ ਸ਼੍ਰੀ ਅਕਾਲ, ਬਹੁਤ ਸਾਰਾ ਪਿਆਰ ਤੇ ਸਤਿਕਾਰ। ਦਮਦਮੀ ਟਕਸਾਲ, SGPC ਜਾਂ ਖੇਤਰੀ